जी सबसे पहले सब भाइयों को अस्सलाम वालेकुम। माशाल्लाह आप लोगों से गुजारिश है कि अपने वीडियो पूरी देखनी है और मेरे चैनल जफर बकराटी को सब्सक्राइब और घंटियां दबाना है और आगे दोस्तों ने शेयर करना है। माशाल्लाह इन कुर्बानी वाले बकरे भी हैं, ठीक है, दुंदे खस्सी ते बकरियां भी हैं, बच्चे वालियाँ गबड़ा बकरियाँ, बच्चे छोटे बच्चे भी हैं। वीडियो पूरी वेखा इंशाल्लाह मज़ा आती वीडियो नारा होना, वीडियो एंड तक वेखनी है। छोटे के छोटे तुम दिखाने कुर्बानी वाले बकरे दिखाने, ठीक है, तो बकरियां भी खानी। आज वीडियो पूरी वेखा मज़ा आती। अस्सलाम वालेकुम मौलवी साहब, की हाल है? अल्हम्दुलिल्लाह जी, अल्लाह पाक दा एहसान है जी। मौलवी साहब कितने जानवर लाई वन है अपने को? छोटे जड़े ना 20 जानवर हैं। थोड़ा जे ऊंचा बोले मौलवी। छोटे 20 जानवर हैं। अच्छा छोटे जड़े हैं 20 जानवर, कितनी कितनी उम्र वाले? ए हैं तिन्ना तिन्ना साढ़े तिन्ना तिन्ना महीने वाले। अच्छा तिन्ना तिन्ना महीने दे छोटे जानवर 20 हैं, उनों दा पैकेज इकट्ठा होसी? उनों दा इकट्ठा पैकेज। ते जड़े दुए हैं उनों दी कितनी उम्र है? जड़े दुए हैं ना उनों दी 2 हैं, 6 महीने लेक पाट पठोरा है, ते 3 बकरियां हैं, 2 दुंदे बकरे हैं। 2 दुंदे खस्सी बकरे ओ भी दिखाने नेट ते। मौलवी साहब अपना नंबर बोल दियो। नंबर है जी 0313 0313 690 690 2652 व्हाट्सएप है इसते? व्हाट्सएप भी है। अच्छा मौलवी साहब एंड ते तेरे जेड़े बकरे ने खस्सी दुंदे बिकता है ते बकरियां भी एंड ते बिकता है, पहले तू सानू दिखाना छोटे जानवर, ठीक है, उन्हें दा पैकेज ही देना ही ना, ਉਹਨਾਂ ਨੂੰ ਮਜ਼ਾ ਆਵੇ ਤੇਰੀ ਐਂਡ ਤੇਰੀ ਵੀਡੀਓ ਤੇ ਰੱਖ ਸੀ ਦੁੰਦੇ ਵੀ ਨਾਲੇ ਲਾ ਲਵੇ ਇਨਸ਼ਾ ਅੱਲਾ ਜੀ, ਇਨਸ਼ਾ ਅੱਲਾ ਪੈਕੇਜ ਆਪਾਂ ਮਜ਼ਾ ਆ ਜਾਵੇ, ਪੱਕੀ ਗੱਲ ਹੈ। ਚੱਲ ਛੋਟੇ ਦਾ ਪੈਕੇਜ ਦੇ। ਮਾਸ਼ਾਅੱਲਾ ਜੀ ਇਹਨਾਂ ਛੋਟੇ ਦਾ ਪੈਕੇਜ ਲੈਣਾ, ਠੀਕ ਹੈ, ਤੇ ਮੌਲਵੀ ਨਾਲ ਗੱਲ ਕਰਨੀ ਹੈ, ਸਸਤਾ ਜਿਹਾ ਪੈਕੇਜ ਸੀ ਇਨਸ਼ਾਅੱਲਾ ਮਜ਼ਾ ਸੀ। ਮੌਲਵੀ ਸਾਹਿਬ ਐਂ ਵੇਚ ਆਵੇ ਨਾ, ਇਹ ਕਿਤਨੇ ਆ ਛੋਟੇ ਹਨ? 20 ਜਾਨਵਰ ਹਨ। ਇਹਨਾਂ ਮਾਦੀਆਂ ਕਿਤਨੇ, ਨਰ ਕਿਤਨੇ? 10 ਮਾਦੀਆਂ ਤੇ 10 ਨਰ। ਇਹਨੇ ਤੇਰੇ ਕੋਲ ਲੈਦਾ ਲੈਦਾ ਵੀਡੀਓ ਹੈ ਨਾ? ਹੈ ਵੀਡੀਓ, ਅਸੀਂ ਹੁਣ ਤੇਰੇ ਕੋਲ ਪੈਕੇਜ ਲੈਣੇ 10 ਨਰ ਤੇ 10 ਮਾਦੀਆਂ। ਇਹਨਾਂ ਦੀ ਉਮਰ ਕਿਤਨੀ ਕਿਤਨੀ ਹੈ? 3-3 ਮਹੀਨੇ ਉਮਰ ਹੈ। ਅੱਛਾ 3-3 ਮਹੀਨੇ ਦੀ ਉਮਰ ਹੈ। ਕਾਰੀ ਸਾਹਿਬ ਇਹਨਾਂ ਦਾ ਪੈਕੇਜ ਦੇ ਤੇਰੇ ਕੋਲ ਕੋ ਸਾਰੇ ਇਕੱਠੇ ਲਾ ਲਵੇ ਇੱਕੋ ਬੰਦਾ। ਮੁਨਾਸੇ ਪੈਕੇਜ ਹੈ 55,000। ਕਿਤਨਾ? 55,000। 55,000 ਮੁਨਾਸੇ ਦੇ ਜਾਨਵਰ ਆਪਣੇ ਵੇਖੋ ਜੀ ਚਾਰੇ ਸੋਹਣੇ। अच्छा मेरी गाल सुन, नकोड़े देखो सिंह रेट थोड़े ज्यादा है मौलवी। जानवर अपने चारा फूल खावण वाले दूध पीवण वाले नहीं है। नहीं मौलवी रेट थोड़ा ज्यादा है। वजन हाले ज्यादा जानवर तो देखो मौलवी। हां या ना वाली गाल कर। वजन और 5-500 रेत कालो, 1,000 रेत कालो मौलवी। हां या ना वाली गाल कर। और रेत कर। हां 23,000 23,000 ਦੇ ਸਾਹਮਣੇ ਸਾਰੇ ਜਾਨਵਰ ਜਾਨਵਰ ਚੈੱਕ ਕਰੋ। ਕਾਰੀ ਸਾਹਿਬ ਇਹ ਕਿਤਨੇ 20 ਹਨ? ਇਹ ਤੇਰੇ 20 ਦੇ 20 ਇਕੱਠੇ ਵੇਖ ਜਾਣੇ। ਹਾਂ ਜਾਂ ਨਾ ਕਰ ਚਾ ਹਲੇ ਹੋਰ ਹੋਰ ਘਟਾ ਚਾ ਮਰਜ਼ੀ ਕਰਦੇ ਹੋ ਵੈਸੇ ਜਾ। ਬਰਾਲ ਜਾਨਵਰ ਖੂਬਸੂਰਤ ਮਾੜੇ ਜਾਨਵਰ ਨੇ ਜੇਕ ਵੀ ਨਹੀਂ ਹੈ, ਠੀਕ ਹੈ, ਜ਼ਬਰਦਸਤ ਜਾਨਵਰ। ਅੱਛਾ ਹਾਂ ਜਾਂ ਨਾ ਕਰ ਚਾ ਹੋਰ 5-500 ਨਹੀਂ 5-500 ਤੇ ਤੇਰੇ ਮੂੰਹ ਤੇ ਨਹੀਂ ਪਾਉਂਦਾ ਕਾਰੀ ਸਾਹਿਬ। ਚਲੋ ਬਾਈ ਬਾਈ ਨਹੀਂ ਕਾਰੀ ਸਾਹਿਬ ਹਾਲੇ ਵੀ ਤੇਰਾ ਜ਼ਿਆਦਾ ਰੇਟ ਹੈ। ਸਫਰ ਬਾਈ ਬਸ ਕਰੋ, ਇਤਨਾ ਰੇਟ ਹੁਣ ਤੁਹਾਨੂੰ ਦੇ ਦਿੱਤਾ ਬਾਈ ਬਾਈ ਜ਼ਰ ਜਾਨਵਰ ਮੇਰੇ ਚੈੱਕ ਕਰੋ ਜੀ। ਨਹੀਂ ਕਾਰੀ ਸਾਹਿਬ ਜਾਨਵਰ ਤੇਰੇ ਸੋਹਣੇ ਨੇ, ਮੈਨੂੰ ਦੁੱਧ ਪੀਵਣ ਵਾਲੇ ਨਹੀਂ ਹੈ ਫੁੱਲ ਚਾਰਾ। ਕਾਰੀ ਸਾਹਿਬ ਮੈਨੂੰ ਹਾਂ ਜਾਂ ਨਾ ਵਾਲਾ ਰੇਟ ਦੱਸ ਦੇ ਹਲੇ। ਹੋਰ ਰਾਤ ਕਰ। ਆ ਹਾਂ ਜਾਂ ਨਾ ਵਾਲਾ ਹੋਰ ਸਫਰ ਬਾਈ ਕੀ ਰਾਤ ਕਰੀਏ ਜੀ ਕਮਾਲ ਵੇਖੋ। ਕਾਰੀ ਸਾਹਿਬ ਪਤਾ ਕੀ ਹਾਲਾ ਕਿ ਤੇਰੇ ਨੂੰ ਕਾਲ ਆਵੇ ਤੇਰੇ ਜਾਨਵਰ ਸੇਲ ਹੋ ਜਾਵੇ ਤਾਂ ਕਿ ਮਜ਼ਾ ਆਵੇ। ਮੋੜ 5-500 ਕਾਰੀ ਸਾਹਿਬ ਝਾਸ ਨਹੀਂ ਆਈ ਮੈਂ ਤੇਰੇ 20 ਦੇ 20 ਵੇਖ ਜਾਣੇ ਨੇ। ਅੱਛਾ ਉਹ 20 ਪੂਰਾ ਹੀ ਸਿਰੇ ਤੇਰੇ ਲਈ ਪੈਕੇਜ ਹੈ 20। ਅੱਛਾ 20,000 ਦੇ 20 ਜਾਨਵਰ। ਜਾਨਵਰ 20,000 ਹੈ ਸਿਰੇ ਤੇਰੇ ਲਈ ਜ਼ਬਰ ਭਾਈ ਹੈ 20 ਪੈਕੇਜ ਹੈ। ਅੱਛਾ ਹਾਂ ਹੁਣ ਕੋਈ ਕਾਲ ਕਰ ਤੇ ਤਾਂ ਕਿ ਨਾ ਕਰੇ ਵੀ ਘਾਟ ਰੇਟ ਕਰੇ ਜ਼ਬਰ ਭਾਈ ਅੱਗੇ ਪਹਿਲੇ ਬਹੁਤ। ਅੱਛਾ ਕਾਰੀ ਸਾਹਿਬ ਮੇਰੀ ਗੱਲ ਸੁਣੋ, ਕੋਈ ਤੁਹਾਡੇ ਕੋਲ ਆਵੇ ਇੱਥੇ ਮੌਜੂਦ, ਠੀਕ ਹੈ, ਤੇ ਉਹਦੇ ਨਾਲ ਕੀ ਮੁਹੱਬਤ ਕਰਦੇ? ਇੱਕ ਬੰਦੇ ਤੇ ਚੱਲ ਤੇ ਤੇਰੇ ਕੋਲ ਆਣਾ। ਚਾਹ ਪਾਣੀ ਪਵਾ ਲਈ ਸਾ। ਕਿਵੇਂ ਕਰਦੇ ਚਾਹ ਪੀ ਸਾ? ਹਾਂ ਕਿਵੇਂ ਪਾਣੀ ਚਾਹ ਤਾਂ ਪੀ ਤੇ ਪੀ ਲਈ ਸੀ, ਤਾਂ ਮੋੜ ਵੀ ਬੰਦਾ ਪੀ ਲੈਂਦਾ ਨਾ। ਨਹੀਂ ਥੋੜੇ ਰੇਟ ਘਟਾਵੇ ਨਾ ਤਾਂ ਚਾਹ ਸੰਦੀ। ਜਫਰ ਭਾਈ ਹੁਣ ਗੱਲ ਕਾਈ ਨਹੀਂ ਹੋਣੀ ਹੁਣ ਬਸ। ਆ ਬੰਦਾ ਤੇਰੇ ਕੋਲ ਆਸੀ ਯਾਰ, ਚੱਲ ਤੇ ਆਸੇ ਤੇਰੇ ਕੋਲ। ਜੀ ਬਿਸਮਿਲਲਾ। ਹਾਂ ਮੁਰਕਾ ਰੇਟ ਕਰ।
ਖਾਣਾ ਵੀ ਖਾਸਨ ਤੇਰੇ ਕੋਲ, ਰੇਟ ਤੇ ਥੋੜਾ ਮੁਹੱਬਤ ਕਰ। ਨਹੀਂ ਗਫਰ ਭਾਈ ਐਂ ਡੋਕ ਇਸ ਤੂੰ ਘਾਟ। ਅੱਛਾ ਮੇਰੀ ਗੱਲ ਸੁਣ, ਕੋਈ ਸਾਡਾ ਜ਼ਿਕਰ ਕਰੇ ਤਾਂ ਮੋੜ ਉਹਦੇ ਨਾਲ ਕੀ ਕਰਸੀ? ਤੁਹਾਡਾ ਜ਼ਿਕਰ ਕਿਸੇ ਕੀਤਾ ਪਿਆਰ ਮੁਹੱਬਤ ਕਰ ਲਈ? ਕਈ ਦਿਨ ਹੀ ਕਰਸੇ ਪਿਆਰ ਮੁਹੱਬਤ ਉਹਨੂੰ ਕੋਈ ਰੋਟੀ ਚੰਗੀ ਖਵਾ। ਨਹੀਂ ਰੋਟੀ ਤਾਂ ਅੱਗੇ ਖਵਾਣੀ ਯਾਰ। ਹਾਂ ਯਾ ਨਾ ਮੁੱਲ ਵੀ ਕਰ ਹਕਾਰ ਯਾਰ। ਹਾਂ ਯਾ ਨਾ ਉਤੋਂ ਖੱਸੀ ਦੁੰਦੇ ਬੱਕਰੇ ਵੀ ਖਾਣੇ ਤੇ ਬੱਚਿਆਂ ਲਈ ਬੱਕਰੀਆਂ ਤੇਰੇ ਵੀ ਖਾਣੀਆਂ। ਨਹੀਂ ਉਹ ਨਾ ਦੇ ਨਹੀਂ ਇਹਨਾਂ ਦੇ ਬਿੱਲ ਕਰ ਲੈ। ਚੱਲ ਸਾਡਾ ਕੋਈ ਨਾ ਲਵੇ ਤਾਂ ਹੱਫਾ ਮਰ ਘਾ ਰੇਟ ਕਰਸਾ। ਕੋਈ ਨਾ ਲਿਆ ਨਾ ਸਾਰੇ ਸੌਦੇ ਚ ਨੂੰ 500 ਹਜ਼ਾਰ ਛਾੜ ਦੇ ਸਾ। ਕਿਵੇਂ ਇਕੱਠੇ ਰੇਟ ਚ? ਕਿਵੇਂ 500 ਫੀ ਜਾਨਵਰ ਘੱਟ? ਨਹੀਂ ਨਹੀਂ 500 ਨਹੀਂ ਹੋਣਾ। ਹੋਰ ਕਰ ਅਈ ਕਰ ਸਕਦੇ ਵੇਚਾ ਨਾ ਸਿਰਾ 1000 ਰੁਪਇਆ ਵੀ ਸਾਰਾ ਨੂੰ ਵਾਪਸੀ ਦੇ ਸਾ। 1000 ਰੁਪਇਆ ਛਾੜ ਦੇ ਸਾ। ਅੱਛਾ 1000 ਦਰ ਫੀ ਜਾਨਵਰ ਚ ਛਾੜ ਦੇ ਸਾ। ਸਾਰਾ ਸੌਦਾ ਇਕੱਠਾ ਹੋਇਆ ਨਾ। ਅੱਛਾ ਤਾਂ 5000 ਨਹੀਂ ਉਹ ਨਾ ਕਰ ਤੂੰ ਹਾਂ ਇੱਕ ਵਾਰੀ ਮਾਰ ਪਰਾਂ 5000 ਛਾੜ ਦੇ ਸਾ ਸਾਰੇ ਸੌਦੇ। ਕਰ ਸਾਹਿਬ ਤੇਰੇ ਸਾਰੇ ਵੇਖ ਜਾਣੇ ਨੇ ਤੇ ਵੇਚਾ ਅੱਗਾ ਕਿਤੇ ਭਜਣਾ ਇਹ ਸਾਰੇ ਕੋਈ ਕੱਟ। ਹੋਰ ਕੀ ਕਰਾਂ ਬਸ ਕੋਈ ਸਾਰੇ ਕੱਟ ਲੈ। ਹਾਂ ਜਾਂ ਨਾ ਕਰ ਚਾ। ਹਾਂ ਜਾਂ ਨਾ ਸਾਰਾ ਕੱਟ। ਨਹੀਂ ਚਾਸ ਨਹੀਂ ਹੈ, ਚਾਸ ਨਹੀਂ ਆਂਦੀ ਵੀ ਯਕੀਨ ਕਰ ਚਾਸ ਨਹੀਂ ਆਂਦੀ ਪਈ। 10000 ਛਾੜ ਦੇ। ਨਹੀਂ 10000 ਦੀ ਗੱਲ ਨਹੀਂ ਇਹਦੇ ਵੇਚਾ। ਕਰ ਸਾਹਿਬ ਦੇ ਵੇਚਾ ਮੈਂ ਨਾ ਕਰ ਸਾਹਿਬ। ਓਏ ਯਾਰ ਇੱਕ ਮਿੰਟ ਵੇਚਾ ਖੱਸੀ ਜੁੰਦੇ ਬੱਕਰੇ ਤੇਰੇ ਵੀ ਖਾਣੇ ਨੇ ਵੇਚਾ। ਉਹ ਤੂੰ ਬੱਕਰੀਆਂ ਵੀ ਖਾਣੀਆਂ। ਅੱਛਾ ਮੇਰੀ ਗੱਲ ਸੁਣ, ਸਾਡੇ 19 ਹੋ ਗਏ ਨਾ? ਸਾਡੇ 19 ਹੋ ਗਏ ਨਾ? ਸਾਡੇ 19 ਕਿਉਂ ਰੱਖਣਾ ਬੈਠਿਆ? ਇੱਕ ਵਾਰੀ ਫਾਂ ਮਾਰ। ਨਹੀਂ ਨਹੀਂ ਸਾਡੇ 19 ਬਸ। ਕਾਰੀ ਸਾਹਿਬ ਮੇਰੀ ਗੱਲ ਸੁਣ, ਇਹ ਤੇਰੇ ਸਾਰੇ ਵੇਖ ਜਾਣੇ ਨੇ ਤਿੰਨ ਤੋਂ ਚਾਰ ਚਾਰ ਤਿੰਨ ਸਾਡੇ ਤਿੰਨ ਮਹੀਨੇ ਲਈ ਚੀਜ਼ਾਂ ਨੇ ਉਹ ਰੇਟ ਕੀਤੀ ਖਲਾ ਕਿ ਮੈਂ ਤਾਂ ਅੱਲਾ ਦੇ ਬੰਦੇ ਨਾਲ 30-32-32 ਹਜ਼ਾਰ ਰੇਟ ਕਰਦਾ ਵੇ। ਅੱਛਾ ਮੁੜ ਹਾਂ ਜਾਂ ਨਾ ਕਰ ਚਾ? ਉਂਝ ਮੈਨੂੰ ਕੋਈ ਕਾਲ ਕਰਦਾ ਹੈ ਨਾ ਤੇ ਉਹਨੂੰ ਮੈਂ 32-32 ਹਜ਼ਾਰ ਰੁਪਏ ਮੁੱਲ ਦੱਸਣਾ। ਅੱਛਾ ਹੁਣ ਕੀ ਦੱਸਦਾ ਵੇ ਸਾਡੇ 19-19 ਹਜ਼ਾਰ ਰੁਪਏ ਸਾਰਿਆਂ ਦਾ? ਫੁੱਲ ਡਿਸਕਾਊਂਟ ਬਾਅਦ ਕੀ ਰੇਟ ਹੋ ਸੀ? ਸਿਰਫ ਤੁਹਾਡੇ ਚੈਨਲ ਲਈ ਇਹ ਤੇਰੀ ਮਿਹਰਬਾਨੀ ਹੈ। ਹਾਂ ਜਾਂ ਨਾ? 20-20 ਤੂੰ ਘਾਟ ਕੋਈ ਨਹੀਂ ਹੋਣਾ ਸਾਡੇ 19-19 ਸਿਰੇ ਤੁਹਾਡੀ। ਚਲ ਸਾਡੇ ਵਾਲੀ ਗੱਲ ਨਾ ਕਰ। ਹਾਂ ਜਾਂ ਨਾ? ਨਹੀਂ ਕਰ ਜਾ ਮੈਂ ਤੇਰੇ ਮਗਰ ਮਗਰ ਤੂੰ ਅੱਗੋਂ ਯਾਰ ਵੇਖ ਲੈ। ਨਹੀਂ ਥੋੜਾ ਜਾ ਆ ਜਾ ਜ਼ਫਰ 19-19 ਹੋ ਗਿਆ ਪੂਰਾ 19। 200 ਰੁਪਇਆ ਘਾਟ ਕਰਨਾ, 200 ਹੋਰ ਘਾਟ ਕਰਨਾ ਬਸ। ਮੌਲਵੀ ਸਾਹਿਬ ਕਿਹੜਾ ਮਾਸ਼ਾਅੱਲਾ ਮੌਜੂਦ ਬੰਦਾ ਤੁਹਾਡਾ ਭਾਈ ਹੈ। ਉਹਨੂੰ ਕਹੀ ਇਹੀ ਕਾਣ ਮਾਰੀ ਪਈ। ਚਲੋ ਕੋਈ ਗੱਲ ਨਹੀਂ, ਚਲੋ ਕੋਈ ਗੱਲ ਨਹੀਂ ਮੌਲਵੀ ਸਾਹਿਬ, ਕੋਈ 19-19 ਹਜ਼ਾਰ ਰੁਪਏ ਮੌਲਵੀ ਸਾਹਿਬ ਕੋਈ ਗੱਲ ਨਹੀਂ। 19-19 ਹਜ਼ਾਰ ਦੇ ਹਿਸਾਬ ਨਾਲ ਇਹ ਬੱਚੇ ਮਿਲਦੇ ਪਏ। 19-19 ਹਜ਼ਾਰ ਦੇ ਹਿਸਾਬ ਨਾਲ ਤੁਸੀਂ ਇੱਕ ਦਫਾ ਕਾਲ ਕਰਿਆ, ਇਨਸ਼ਾਅੱਲਾ ਮਜ਼ਾ ਸੀ। 19-19 ਹਜ਼ਾਰ ਦੇ ਹਿਸਾਬ ਨਾਲ ਮੌਲਵੀ ਸਾਹਿਬ ਦੇ ਰਿਹਾ। ਮੌਲਵੀ ਸਾਹਿਬ ਬੱਕਰੀਆਂ ਲਿਆ, ਬੱਚਿਆਂ ਲਈ ਬੱਕਰੀਆਂ ਲਾਇਆ, ਹੁਣ ਐਂਡ ਤੇ ਬੱਕਰੇ ਕੁਰਬਾਨੀਆਂ ਲਈ ਖਾਣ ਖੱਸੀ ਦਿੰਦੇ। ਐਂਡ ਤੇ ਬੱਕਰੇ ਵੇਖ ਲਿਆ, ਠੀਕ ਹੈ ਹੁਣ ਬੱਕਰੀਆਂ ਬਾਈ ਦੀਆਂ ਵੇਚਦੇ ਹਾਂ ਅਤੇ 19-19 ਹਜ਼ਾਰ ਰੁਪਈਆ, ਠੀਕ ਹੈ। ਮਾਸ਼ਾਅੱਲਾ ਜਾਨਵਰ ਬੜੇ ਖੂਬਸੂਰਤ ਹਨ, ਸੋਹਣੇ ਬੱਚੇ ਨੇ ਅਤੇ ਰੇਟ ਵੀ ਸਸਤਾ ਨੇ ਉਹ। ਮਾਸ਼ਾਅੱਲਾ ਜੀ ਮੱਖੀ ਜਿੰਨੀਆਂ ਬੱਕਰੀਆਂ ਜਾਂ ਮੱਖੀ ਜਿੰਨੀਆਂ। ਕਾਰੀ ਸਾਹਿਬ ਇਹਨਾਂ ਦੇ ਬੱਚੇ ਵੀ ਨਾਲ ਹਨ? ਬੱਚਿਆਂ ਲਈ ਗੱਬਣਾ ਵੀ ਆ ਵਿੱਚ? ਕਿਹੜੀਆਂ? ਦੋ ਗੱਬਣਾ ਸਾਈਡ ਕਰਨਾ। ਆਹ ਦੋ ਗੱਬਣਾ ਨੇ, ਆਹ ਵਾਲੀਆਂ ਕਿਤਨੇ ਕਿਤਨੇ ਮਹੀਨਿਆਂ ਦੀਆਂ? ਸਿਰਫ ਦੋ ਮਹੀਨੇ? ਨਹੀਂ ਦੋ ਮਹੀਨੇ ਪਤਾ ਨਹੀਂ ਲੱਗਦਾ। ਅੱਛਾ ਅਲਟਰਾਸਾਊਂਡ ਕਰਾ ਦੱਸੋ ਕੀ ਡਿਮਾਂਡ ਹੈ ਦੋ ਦੀ? ਹਾਂ ਉਹਨੂੰ ਨਾ ਛੱਡ ਯਾਰ, ਚਲੋ ਫਾਦ ਲੈਂਦੇ। ਇਹ ਜੋੜੇ ਦੀ ਕੀ ਡਿਮਾਂਡ ਹੈ? ਹੁਣ ਕੀ ਰੇਟ ਹੋ ਸੀ? ਦੋ ਬੱਚਿਆਂ ਲਈ ਬੱਕਰੀਆਂ, ਠੀਕ ਹੈ ਦੋਵਾਂ ਥੱਲੇ? ਨਹੀਂ 75-75 ਜ਼ਿਆਦਾ ਹੈ। ਹਾਂ ਜਾਂ ਨਾ ਕਰ ਚਾ? ਆ ਫਾਈਨਲ ਕਰ ਚਾ। ਚਾਰ ਜਾਨਵਰ ਸਮਝ ਲੈਣੇ, ਚਾਰ ਜਾਨਵਰ? ਨਹੀਂ ਫਾਈਨਲ ਕਰ, ਚਾਸ ਨਹੀਂ ਕਿਤੇ ਵੀਡੀਓ ਵੇਖਣੀ ਹੈ ਤੇ ਕਾਲ ਕਰਨੀ ਕੋਈ ਨਹੀਂ। ਫੁੱਲ ਡਿਸਕਾਊਂਟ ਪਾ ਦੇ। ਹੋਰ ਕਰੀਏ? ਹਾਂ ਹੋਰ 5-5 ਨਹੀਂ। ਹਾਂ ਜਾਂ ਨਾ ਕਰ ਚਾ? 2-70 ਹਾਂ ਜਾਂ ਨਾ ਕਰ ਚਾ? 65-65 ਹਜ਼ਾਰ ਦੀਆਂ ਕਰ। ਅੱਛਾ ਮੇਰੀ ਗੱਲ ਜੀ ਤੂੰ 100 ਰੁਪਏ ਗਾਣ ਨਾ ਦੇਵੇਂ ਉਹ ਦੱਸ ਚਾ। ਆ 30 ਵੀ ਲਾਇਆ ਨਾਲੇ? ਆ 30 ਵੀ ਲਾਇਆ ਰਾ। ਆ 30 ਵੀ ਲਾਇਆ ਕਾਰੀ ਸਾਹਿਬ? ਕਾਰੀ ਸਾਹਿਬ ਹਾਂ ਜਾਂ ਨਾ ਕਰ ਚਾ? ਭਰਾਂ ਵੇਦਾ ਪਏ ਆ। ਮਾਧੀ ਥੱਲੇ ਬੜੀ ਸੋਹਣੀ ਹੈ ਬਿਲਕੁਲ। ਅੱਛਾ ਹਾਂ ਜਾਂ ਨਾ ਕਰ ਚਾ? ਮੁੜ ਕਰ ਸਾਹਿਬ ਹਾਂ ਜਾਂ ਨਾ ਕਰ ਚਾ? ਹਾਂ ਜਾਂ ਨਾ ਕਰ? ਹਾਂ ਜਾਂ ਨਾ ਕਰ ਚਾ? ਪੂਰੇ 63-63 ਹਜ਼ਾਰ ਦੀ ਝਾਸ ਨਹੀਂ ਆਈ, ਯਕੀਨ ਕਰ ਝਾਸ ਨਹੀਂ ਆਈ।
ਜਾਨਵਰ ਸੁਣ ਥੱਲੇ ਦੋ ਬੱਚੇ ਨੇ ਇਹਨਾਂ ਦੇ ਠੀਕ ਹੈ ਦੁੱਧ ਕਾਰੀ ਸਾਹਿਬ ਕਿੰਨਾ ਕਿੰਨਾ ਦੇ ਥੱਲੇ ਅੱਛਾ ਹੁਣ ਫਾਈਨਲ ਜੀ ਡਿਮਾਂਡ ਕਰ ਇਹ ਦੋ ਬੱਕਰੀਆਂ ਦੇ ਥੱਲੇ ਦੋ ਹੀ ਬੱਚੇ ਨੇ ਹਾਂ ਜਾਂ ਨਾ ਯਾਰ ਹਾਂ ਜਾਂ ਨਾ ਕਰ ਝਾਸ ਨਹੀਂ ਆਉਂਦੀ ਭਾਈ ਝਾਸ ਨਹੀਂ ਆਉਂਦੀ ਚੱਲ ਬੱਕਰੇ ਕੁਰਬਾਨੀ ਲਾਏ ਅੱਗੋ ਨਹੀਂ ਬੱਕਰੀ ਦਾ ਰੇਟ ਦੇ ਇਹ ਵੀ 60 ਦੇ ਵਿੱਚ ਇਹਦੇ ਬੱਚਾ ਗੋਨੀ ਦਾ ਛੋਟਾ ਬੱਚਾ ਹਲੇ ਦੋ ਝੋਕ ਦੇ ਨਾਲ ਚੱਲ ਆਇਆ ਮੋੜ ਕੁਰਬਾਨੀ ਲ ਬੱਕਰੇ ਦੇ ਮੇ ਲਾਇਆ ਕਾਰੀ ਸਾਹਿਬ ਦੋ ਬੱਕਰੇ ਨਾ ਖੱਸੀ ਦੁੰਦੇ ਦੋ ਆਪਣੇ ਕੋਲ ਇੱਕ ਹੈ ਦੂਜਾ ਕਿਹੜਾ ਉਹ ਵੀ ਫਾਤ ਲਾਇਆ ਹੋਰ ਲਾਇਆ ਫਾਤੇ ਵੀ ਲਾਇਆ ਕੁਰਬਾਨੀ ਵਾਲੇ ਬੱਕਰੇ ਖੱਸੀ ਦੁੰਦੇ ਮਾਸ਼ਾਅੱਲਾ ਫਾਦ ਲਓ ਮੌਲੀ ਸਾਹਿਬ ਫਾਦ ਲਓ ਦੁੰਦੇ ਅੰਦਰ ਮੈਂ ਨਾ ਇੱਕ ਦੁੰਦਾ ਇੱਕ ਚੌਗਾ ਚੌਗਾ ਕਿਹੜਾ ਆ ਚਿੱਟੇ ਵਾਲਾ ਚੌਗਾ ਹੈ ਮਾਸ਼ਾਅੱਲਾ ਜੋੜੇ ਦੀ ਕੀ ਡਿਮਾਂਡ ਹੈ ਜੋੜੇ ਦੀ ਜਿੰਨੇ ਜਾਇਜ਼ ਕਿੰਨੇ ਦੀ 2.5 ਲੱਖ ਫਾਈਨਲ 2.5 ਲੱਖ ਫਾਈਨਲ ਕਿੰਨੇ ਦਿਨ ਕਿਤਨਾ ਕਿਤਨਾ ਵਜ਼ਨ ਇਹਨਾਂ ਦਾ ਪਾਇਆ ਜੀ ਫਾਈਨਲ ਹਾਂਜੀ ਵਜ਼ਨ ਕਿਤਨਾ ਕਿਤਨਾ ਪਾਇਆ ਜੀ ਵਜ਼ਨ ਇਨਸ਼ਾਅੱਲਾ ਬੱਕਰਾ ਜਿਹੜਾ ਹੈ ਨਾ ਬੱਕਰਾ ਇਹ 100 ਕਿਲੋ ਦਾ ਬੱਕਰਾ ਹੈ ਇਨਸ਼ਾਅੱਲਾ ਅੱਛਾ ਤੇ ਪਹਿਲਾ 90 ਕਿਲੋ ਦਾ ਅੱਛਾ ਮੋੜ ਕੀ ਰੇਟ ਉਹਦੀ ਫਾਈਨਲ ਹਾਂ ਜਾਂ ਨਾ ਕਰ ਤਾਂ ਕਿ ਤੇਰੇ ਵੇਖ ਜਾਵਾਂ ਨੈਟ ਤੇ ਹੀ ਤੈਨੂੰ ਮੰਡੀ ਗੱਤਾਂ ਦੀ ਨਾ 1 ਲੱਖ ਤੇ 20,000 ਫਾਈਨਲ ਕਰ ਤਾਂ ਕਿ ਤੇਰੇ ਥਾਂ ਵੇਖ ਜਾਵਾਂ ਹੋਰ ਫਾਈਨਲ ਕਰ ਹਾਂ ਹੋਰ ਫਾਈਨਲ ਕਰ ਦੇ 18,000 ਉਹ ਫਾਈਨਲ ਕਰ 17,000 ਫਾਈਨਲ ਕਰ ਝਸ ਨਹੀਂ ਆਉਂਦੀ ਪਈ ਬੱਕਰੇ ਪਹਿਲੇ ਵੇਖ ਮੇਰੇ ਬੱਕਰੇ ਤਾਂ ਵੇਖ ਝਸ ਨਹੀਂ ਆਉਂਦੀ ਪਈ ਅੱਛਾ ਹਾਂ ਜਾਂ ਨਾ ਕਰ ਦੇ 1,15,15 ਯਾਰ ਮੈਂ ਕਿ ਝਸ ਨਹੀਂ ਆਉਂਦੀ ਪਈ ਫਾਈਨਲ ਜੀ ਫਾਈਨਲ ਜੀ ਫਾਈਨਲ ਡਿਮਾਂਡ ਕਰ ਦੇ ਜ਼ਫਰ ਭਾਈ 1,15,15 ਫਾਈਨਲ ਹੈ ਹਾਂ 1,15,15 ਫਾਈਨਲ ਆ ਨਿੱਕਿਆਂ ਦਾ 20 18 ਦਾ ਦੱਸੇ ਨਾ ਉਹ ਨਹੀਂ 18 ਦੱਸਿਆ 19,000 ਦੱਸਿਆ ਘਟਦਾ ਅੱਛਾ ਨਿੱਕੇ ਬੱਕਰੇ 19,000 ਦੇ ਹਾਂਜੀ ਨੰਬਰ ਦਾ ਬੋਲੇ 0313-690-2652 0313-690-2652 0313-690-2652 ਬੱਕਰੀਆਂ ਦਾ ਜਿਹੜਾ ਰੇਟ ਹੈ ਅਲੱਗ ਦਾ ਕੀਤਾ ਸੀ ਦੂਏ ਜਿਹੜੇ ਛੋਟੇ ਬੱਚੇ ਉਹਨਾਂ ਦਾ 19,000 ਰੁਪਇਆ ਕੀਤਾ ਸੀ ਇਹਨਾਂ ਦਾ 1,15,15,000 ਕੀਤਾ ਬਾਕੀ ਸਾਰਿਆਂ ਦਾ ਜਿਹੜਾ ਰੇਟ ਹੈ ਨਾ ਇਹਨਾਂ ਸਾਰਿਆਂ 'ਚ ਮੁਹੱਬਤ ਹੋਣੀ ਹੈ ਇਹ ਤੁਸੀਂ ਨਹੀਂ ਸਮਝਣਾ ਕਿ ਫਿਕਸ ਇਹਨਾਂ ਦਾ ਰੇਟ ਹੈ ਇਹਨਾਂ 'ਚ ਮੁਹੱਬਤ ਹੋਣੀ ਹੈ ਠੀਕ ਹੈ ਤੋ ਅਗਲੀ ਵੀਡੀਓ ਸਾਥ ਇਜਾਜ਼ਤ ਦੇ ਵੀਡੀਓ ਅੱਛੀ ਲੱਗਦੀ ਮੇਰੇ ਚੈਨਲ ਜ਼ਫਰ ਬੱਕਰਾੜੀ ਕੋ ਲਾਈਕ ਸਬਸਕ੍ਰਾਈਬ ਔਰ ਘੰਟੀ ਨੂੰ ਦਬਾਏ ਔਰ ਅਗਲੇ ਦੋਸਤਾਂ ਨੂੰ ਸ਼ੇਅਰ ਕਰੇ ਓਕੇ ਅੱਲਾ ਹਾਫਿਜ਼ ਪਾਕਿਸਤਾਨ ਜ਼ਿੰਦਾਬਾਦ